ਅਕਾਲ ਜੀ, ਮੈਂ ਫਤਿਹ ਟਰਬਨ ਅਕੈਡਮੀ ਰਾਮਾ ਮੰਡੀ ਜਲੰਧਰ ਤੋਂ। ਜਿਹੜੀਆਂ ਆਪਾਂ ਪਿਛਲੀਆਂ ਵੀਡੀਓਜ਼ ਪਾਈਆਂ ਸੀਗੀਆਂ ਉਹਦੇ ਵਿੱਚ ਤੁਸੀਂ ਬਹੁਤ ਵਧੀਆ ਰਿਸਪੋਂਸ ਦਿੱਤਾ ਸਾਨੂੰ, ਉਹਦੇ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਅਤੇ ਉਹਨਾਂ ਵੀਡੀਓ ਦੇ ਵਿੱਚ ਕਮੈਂਟਾਂ 'ਚ ਅਤੇ ਸਾਡੇ ਪੇਜ ਦੇ ਇਨਬੋਕਸ ਵਿੱਚ ਬਹੁਤ ਸਾਰੀ ਕੁਐਰੀਜ਼ ਆਈਆਂ ਸਾਨੂੰ ਕਿ ਪੱਗ ਬੰਨਣ ਬਾਰੇ ਵੀ ਦੱਸਿਆ ਜਾਵੇ। ਉਹਦੇ ਰਿਗਾਰਡਿੰਗ ਅੱਜ ਅਸੀਂ ਪੱਗ ਬੰਨਣ ਬਾਰੇ ਦੱਸ ਰਹੇ ਹਾਂ ਤੁਹਾਨੂੰ, ਪਟਿਆਲਾ 'ਚ ਹੀ ਪੱਗ ਕਿੱਦਾਂ ਬੰਨ ਸਕਦਾ। ਓਕੇ, ਸਭ ਤੋਂ ਪਹਿਲਾਂ ਲੜ ਜਦੋਂ ਆਪਾਂ ਪੂਣੀ ਬਾਰੇ ਮੈਂ ਦੱਸਿਆ ਸੀਗਾ ਕਿ ਆਪਾਂ ਜਿਹੜਾ ਖੁੱਲ੍ਹਾ ਪਾਸਾ ਹੈ ਨਾ ਥੱਲੇ ਵਾਲਾ, ਉਹ ਹਮੇਸ਼ਾ ਥੱਲੇ ਰੱਖਣਾ, ਉਹ ਪੂਰੀ ਪੱਗ ਦੇ ਵਿੱਚ ਥੱਲੇ ਰਹਿਣਾ ਚਾਹੀਦਾ। ਇਹ ਨੋਟਿਸ ਕਰਨ ਵਾਲੀ ਗੱਲ ਆ ਅਤੇ ਬਹੁਤ ਜ਼ਰੂਰੀ ਆ। ਸਭ ਤੋਂ ਇਹ ਮੋਸਟ ਇੰਪੋਰਟੈਂਟ ਗੱਲ ਆ ਕਿ ਗੋਲ ਪਾਸਾ ਉੱਪਰ ਰਹਿਣਾ ਚਾਹੀਦਾ ਪੱਗ ਦੇ ਵਿੱਚ। ਉਸ ਤੋਂ ਬਾਅਦ ਕੀ ਕਰਨਾ, ਦੋ ਮੂੰਹ ਪਾਸੇ ਜਿਹੜੇ ਆਪਾਂ ਥੱਲੇ ਰੱਖੇ ਆ, ਖੁੱਲ੍ਹੇ ਪਾਸੇ ਦੇ ਦੋ ਮੂੰਹ ਹੁੰਦੇ ਆ, ਅਤੇ ਉਹਦਾ ਉੱਪਰਲਾ ਥੋੜ੍ਹਾ ਜਿਹਾ ਖਿੱਚ ਕੇ ਥੱਲੜੇ ਦੇ ਨਾਲ ਹਲਕਾ ਜਿਹਾ ਬੈਂਡ ਕਰ ਲੈਣਾ। ਇਹਦੇ ਨਾਲ ਥੋੜ੍ਹਾ ਜਿਹਾ ਲੜ ਮੋਟਾ ਹੋ ਜਾਂਦਾ ਆ ਅਤੇ ਬਾਅਦ ਦੇ ਵਿੱਚ ਖਿਸਕਦਾ ਨਹੀਂ ਆ। ਠੀਕ ਆ ਜੀ, ਪਹਿਲਾਂ ਲੜ ਇਸ ਹਿਸਾਬ ਨਾਲ ਰੱਖ ਲੈਣਾ ਤੁਸੀਂ, ਹਾਫ ਮੱਥੇ ਤੋਂ ਸਟਾਰਟ ਕਰਕੇ ਅੱਖ ਦੇ ਵਿੱਚ ਉਹਦੀ ਲਿਜਾ ਕੇ, ਅਤੇ ਪਹਿਲਾਂ ਲੜ ਇੱਦਾਂ ਰੱਖ ਲੈਣਾ। ਠੀਕ ਆ ਜੀ, ਅਤੇ ਮੈਂ ਜਿੱਦਾਂ ਦੱਸਿਆ ਸੀ ਕਿ ਪੂਣੀ ਕਰਨ ਵੇਲੇ ਜਿਹੜਾ ਗੋਲ ਪਾਸਾ ਹੁੰਦਾ ਉਹ ਉੱਪਰ ਰਹਿਣਾ ਚਾਹੀਦਾ, ਇੱਦਾਂ ਹੀ ਘੁੰਮ ਕੇ ਉੱਪਰ ਆਉਣਾ ਚਾਹੀਦਾ। ਠੀਕ ਆ ਜੀ, ਇਹਨੂੰ ਫਿਰ ਇਸ ਤਰ੍ਹਾਂ ਫੜ ਕੇ ਉੱਪਰ ਲੈ ਕੇ ਜਾਣਾ ਆ। ਆ ਲੜ ਨੂੰ ਥੋੜ੍ਹਾ ਜਿਹਾ ਇਹਦੇ ਪੈਰਲਰ ਕਰਕੇ, ਉਸ ਤੋਂ ਬਾਅਦ ਅੰਗੂਠੇ ਦੀ ਮਦਦ ਨਾਲ ਇਹਨੂੰ ਇਸ ਤਰ੍ਹਾਂ ਬੈਂਡ ਕਰ ਲੈਣਾ। ਆ ਤੁਹਾਡਾ ਪਹਿਲਾ ਲੜ ਹੋ ਗਿਆ। ਪਟਿਆਲਾ ਸ਼ਾਹੀ ਬੰਨਣ ਲਈ ਸਾਨੂੰ ਇੱਥੋਂ ਥੋੜ੍ਹਾ ਲੜ ਕਲੋਜ਼ ਕਰਨਾ ਹੈ, ਇੱਥੋਂ ਥੋੜ੍ਹਾ ਜਿਹਾ ਖੋਲ੍ਹ ਕੇ ਫਿਰ ਪਿੱਛੇ ਜਾ ਕੇ ਕਲੋਜ਼ ਕਰ ਦੇਣਾ। ਨੈਕਸਟ ਉੱਦਾਂ ਹੀ ਗੋਲ ਪਾਸਾ ਫਿਰ ਉੱਪਰ ਆਉਣਾ ਚਾਹੀਦਾ ਜਿਹੜਾ ਪੂਣੀ ਕਰਨ ਵੇਲੇ ਆਪਣਾ ਥੱਲੇ ਸੀਗਾ। ਪਟਿਆਲਾ ਸ਼ਾਹੀ ਦੇ ਦੋਨੋਂ ਪਾਸੇ ਪੇਚ ਬਣਦੇ ਆ, ਇਸ ਲਈ ਇਹਨੂੰ ਥੋੜ੍ਹਾ ਜਿਹਾ ਡਾਊਨ ਕਰਕੇ ਰੱਖਣਾ, ਫਿਰ ਉਸੇ ਤਰ੍ਹਾਂ ਇਹਨੂੰ ਹਲਕਾ ਜਿਹਾ ਬੈਂਡ ਕਰ ਦੇਣਾ, ਫਿਰ ਅੱਗੇ ਲੈ ਜਾਣਾ। ਲੜਾਂ ਦਾ ਡਿਸਟੈਂਸ ਇੱਕੋ ਜਿਹਾ ਰੱਖਣ ਦੀ ਥੋੜ੍ਹੀ ਕੋਸ਼ਿਸ਼ ਕਰਨੀ ਆ। ਫਿਰ ਉਸੇ ਤਰ੍ਹਾਂ ਗੋਲ ਪਾਸਾ ਉੱਪਰ, ਇੱਥੋਂ ਥੋੜ੍ਹਾ ਜਿਹਾ ਡਿਸਟੈਂਸ ਥੱਲੇ ਕਰ ਦੇਣਾ। ਇਹ ਤੁਸੀਂ ਦੇਖ ਰਹੇ ਹਾਂ ਕਿ ਪੱਗ ਦੀ ਸ਼ੇਪ ਬਣ ਰਹੀ ਹੈ ਹੁਣ। ਪਟਿਆਲਾ ਸ਼ਾਹੀ ਇੱਧਰੋਂ ਡਾਊਨ ਹੋ ਰਹੀ ਆ, ਇੱਧਰੋਂ ਹੌਲੀ ਹੌਲੀ ਉੱਪਰ ਜਾ ਰਹੀ ਆ। ਬਾਕੀ ਅਸੀਂ ਬਾਜ ਨਾਲ ਵੀ ਉਹਦੀ ਸੈਟਿੰਗ ਕਰ ਸਕਦੇ ਹਾਂ ਲੜਾਂ 'ਚ ਕਿੰਨਾ ਡਿਸਟੈਂਸ ਦੇਣਾ। ਹੁਣ ਦੇਖੋ ਇੱਧਰੋਂ ਹੌਲੀ ਹੌਲੀ ਪੱਗ ਡਾਊਨ ਹੋਣ ਡਈ ਆ ਪਟਿਆਲਾ ਸ਼ਾਹੀ, ਅਤੇ ਦੂਜੇ ਪਾਸਿਓਂ ਉੱਪਰ ਨੂੰ ਜਾ ਰਹੀ ਆ। ਅਖੀਰ ਤੱਕ ਜਿਹੜਾ ਗੋਲ ਪਾਸਾ ਆ ਆਪਣਾ ਉੱਪਰ ਹੀ ਰਹਿਣਾ ਚਾਹੀਦਾ। ਵਧੀਆ ਤਰ੍ਹਾਂ ਪੂਣੀ ਨੂੰ ਬੈਲੈਂਸ ਕਰਦੇ ਹੋਏ ਉੱਪਰ ਨੂੰ ਤੁਹਾਡਾ ਲਾਸਟਲਾ ਪੱਲਾ ਲੱਗ ਗਿਆ। ਇੰਨੀ ਪੱਗ ਸਾਡੀ ਤਿਆਰ ਹੋ ਗਈ ਆ। ਉਸ ਤੋਂ ਬਾਅਦ ਆਪਾਂ ਕੀ ਕਰਨਾ ਆ, ਪੱਗ ਦੀ ਸਫਾਈ ਕਰਨੀ ਆ। ਫੜ ਕੇ ਅਖੀਰਲਾ ਲੜ ਲਗਾਉਣ ਤੋਂ ਪਹਿਲਾਂ ਆਪਣੀ ਪੱਗ ਦੀ ਨਾ ਸਫਾਈ ਕਰ ਲੈਣੀ ਆ। ਸਫਾਈ ਦੇ ਵਿੱਚ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਕਿ ਜਿੱਦਾਂ ਜਿੱਦਾਂ ਵੱਟ ਪਏ ਉਸ ਹਿਸਾਬ ਨਾਲ ਹੀ ਬਾਜ ਫੇਰੋਂਗੇ ਤਾਂ ਆਪੇ ਵੱਟ ਸਹੀ ਹੋਈ ਜਾਣੇ ਆ। ਫਿਫਟੀ ਵਗੈਰਾ ਵੀ ਸੈੱਟ ਕਰ ਲੈਣੀ ਆ।
ਇੰਨੀ ਚੀਜ਼ ਕਰ ਲੈਣੀ ਆਪਾਂ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਦੋਂ ਆਪਾਂ ਅਖੀਰਲਾ ਲੜ ਸੈੱਟ ਕਰਨਾ ਆ, ਜਿਹਨੂੰ ਆਪਾਂ ਇੱਥੋਂ ਮੋਰਨੀ ਬਣਾ ਕੇ ਲਾਉਣਾ ਆ, ਉਹਦੇ ਲਈ ਆਪਾਂ ਕੀ ਕਰਨਾ, ਇੱਕ ਪਿੰਨ ਲੈ ਲੈਣੀ ਪਹਿਲਾਂ, ਇੱਥੇ ਪਿੰਨ ਲਗਾ ਲੈਣੀ ਆ ਨੱਕ ਦੀ ਸੀਧ ਲਾਗੇ। ਉਸ ਤੋਂ ਬਾਅਦ ਆ ਲੜ ਨੂੰ ਫੜ ਕੇ ਦੋਨੋਂ ਪਾਸੇ ਜਿੰਨਾ ਦਾ ਕੱਪੜਾ ਖੋਲ੍ਹ ਕੇ, ਹਾਂਜੀ, ਇਹਨੂੰ ਖੋਲ੍ਹ ਕੇ ਇਹਨੂੰ ਵਿਛਾ ਦੇਣਾ ਕੱਪੜੇ ਨੂੰ ਇੱਦਾਂ, ਫਿਰ ਦੂਜੇ ਪਾਸੇ ਇੱਦਾਂ, ਮਤਲਬ ਕਹਿਣ ਦਾ ਬਾਹਰਲਾ ਪਾਸਾ ਜਿਹੜਾ ਉਨਾ ਕੁ ਹੀ ਖੋਲ੍ਹਣਾ ਜਿੰਨਾ ਆਪਾਂ ਨੂੰ ਚਾਹੀਦਾ ਆ, ਤਾਂ ਕਿ ਉਹ ਸਾਫ਼ ਹੋਵੇ। ਐਕਸਟਰਾ ਜਿਹੜਾ ਹੋਊਗਾ ਇੱਥੋਂ ਬਚਦਾ ਆ, ਉਹਨੂੰ ਵੀ ਉਂਗਲੀ ਅਤੇ ਅੰਗੂਠੇ ਦੇ ਵਿੱਚ ਉਹ ਖਿੱਚ ਕੇ ਕੱਪੜੇ ਨੂੰ ਇਸ ਹਿਸਾਬ ਨਾਲ ਪੂਰਾ ਪੂਰਾ ਕਰ ਲੈਣਾ ਆ, ਠੀਕ ਹੈ ਜੀ। ਉਸ ਤੋਂ ਬਾਅਦ ਇਸ ਤਰੀਕੇ ਨਾਲ ਇੱਥੋਂ ਇਕੱਠਾ ਕਰ ਲੈਣਾ ਲੜ, ਅਤੇ ਪਿੰਨ ਦੇ ਨਾਲ ਪਸਾ ਕੇ ਇਹਨੂੰ ਅੰਦਰ ਨੂੰ ਘੁਮਾ ਲੈਣਾ ਇੱਕ ਵਾਰੀ। ਆਹ ਵੇਖੋ, ਇਸ ਤਰ੍ਹਾਂ ਲਗਾ ਲੈਣਾ ਲੜ ਨੂੰ, ਬਾਅਦ 'ਚ ਜਿਹੜਾ ਇਹਦਾ ਐਕਸਟਰਾ ਬਚਦਾ ਆ ਉਹਨੂੰ ਸਾਈਡ 'ਤੇ ਇੱਧਰ ਦੇ ਦੇਣਾ। ਹੁਣ ਤੁਹਾਨੂੰ ਆਪਾਂ ਆਪਣੇ ਸਿਰ ਢੱਕਣ ਬਾਰੇ ਦੱਸਦੇ ਹਾਂ। ਸਿਰ ਢੱਕਣ ਦੇ ਲਈ ਆਪਾਂ ਪਹਿਲਾਂ ਇਹਨੂੰ ਪਿੱਛੋਂ ਖਿੱਚਣਾ, ਇੱਧਰੋਂ ਵੀ ਖਿੱਚ ਸਕਦੇ ਪਰ ਇੱਧਰੋਂ ਖਿੱਚਣਾ ਨਹੀਂ, ਉਹ ਪਹਿਲੇ ਲੜ ਨੂੰ ਫਰਕ ਪੈ ਸਕਦਾ, ਇਸ ਲਈ ਪਿੱਛੋਂ ਖਿੱਚਣਾ ਇਹਨੂੰ, ਠੀਕ ਹੈ ਜੀ। ਆ ਜਿੱਦਾਂ ਹੈਗਾ ਆ ਇੱਦਾਂ ਹੀ ਖੋਲ੍ਹਣਾ, ਇਹਨੂੰ ਇੱਦਾਂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਫਿਰ ਉਹ ਖਰਾਬ ਹੋ ਜਾਣਾ ਤੁਹਾਡਾ, ਇਸ ਲਈ ਜਿੱਦਾਂ ਹੈਗੀ ਆ ਇੱਦਾਂ ਹੀ ਖਿੱਚ ਲੈਣਾ। ਐਕਸਟਰਾ ਸਾਰਾ ਕੱਪੜਾ ਵਿੱਚ ਇਕੱਠਾ ਕਰਕੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਫੋਲਡ ਕਰ ਦੇਣਾ। ਅਤੇ ਆਪਾਂ ਬਾਜ ਦੀ ਮਦਦ ਨਾਲ ਪਟਿਆਲਾ ਸ਼ਾਹੀ ਦੇ ਪਿਛਲੇ ਲੜ ਵੀ ਸਾਫ਼ ਕਰ ਲੈਣੇ ਆ। ਪਟਿਆਲਾ ਸ਼ਾਹੀ ਪੱਗ ਬਣਾਉਣ ਲਈ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਪਹਿਲਾ ਲੜ ਉੱਪਰ ਰੱਖਣਾ, ਫਿਰ ਉਸ ਤੋਂ ਥੱਲੇ, ਉਸ ਤੋਂ ਥੱਲੇ, ਉਸ ਹਿਸਾਬ ਨਾਲ ਪਿੱਛੋਂ ਫਿਰ ਲੜ ਬਣ ਜਾਣਗੇ। ਹੁਣ ਇਸ ਹਿਸਾਬ ਨਾਲ ਜਿਹੜਾ ਲਾਸਟਲਾ ਲੜ ਆ ਉਹਨੂੰ ਖੋਲ੍ਹ ਕੇ ਦੋਨੋਂ ਪਾਸੇ ਬੈਂਡ ਕਰਕੇ ਅਤੇ ਇਸ ਤਰ੍ਹਾਂ ਲੜ ਲਗਾ ਦੇਣਾ ਲਾਸਟਲਾ। ਲਓ ਜੀ, ਮੈਂ ਆਸ ਕਰਦਾ ਤੁਹਾਨੂੰ ਆ ਵੀਡੀਓ ਸਾਡੀ ਪਸੰਦ ਆਊਗੀ, ਅਤੇ ਤੁਹਾਨੂੰ ਜਿਹੜੇ ਜਿਹਨਾਂ ਦੀ ਆ ਤੁਹਾਨੂੰ ਕੁਐਰੀਜ਼ ਆਈਆਂ ਸੀਗੀਆਂ ਕਿ ਆਪਾਂ ਪੱਗ ਬੰਨਣੀ ਸਿੱਖਣੀ ਚਾਹੁੰਦੇ ਹਾਂ ਬਟ ਉਹ ਸਾਡੇ ਤੱਕ ਨਹੀਂ ਅਪਰੋਚ ਕਰ ਸਕਦੇ ਆ, ਮੈਨੂੰ ਲੱਗਦਾ ਕਿ ਉਹਨਾਂ ਲਈ ਬਹੁਤ ਹੈਲਪਫੁਲ ਹੋਊਗੀ ਵੀਡੀਓ। ਅਤੇ ਅਗਰ ਵੀਡੀਓ ਵਧੀਆ ਲੱਗੇ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਾਡੇ ਯੂਟਿਊਬ ਚੈਨਲ ਫਤਿਹ ਟਰਬਨ ਅਕੈਡਮੀ 'ਤੇ ਜਾ ਕੇ ਵੀ ਤੁਸੀਂ ਇਹ ਵੀਡੀਓਜ਼ ਦੇਖ ਸਕਦੇ ਹਾਂ, ਉੱਦਾਂ ਆਪਾਂ ਫੇਸਬੁੱਕ 'ਤੇ ਵੀ ਅਪਲੋਡ